हाँ जी, सत श्री अकाल जी। कदा मेरे भैन भरा सारे कैंट हो, आई होप कि तुम सारे कैंट ही होंगे। अज की वीडियो जी कि आप सर्बिया एंट्री बारे लैके आए हैं, क्योंकि वीर अपने भी पुछते पे थे कि वीरे कि सर्बिया ने जी कि इंडियन वास्ते जी कि एंट्री खत्म कर दी है ज नहीं है, कई हिसाब किताब होया। सो उस टॉपिक के उत्ते वीडियो जरूर बनाई। सो उस टॉपिक के उत्ते आप वीडियो लैके आए हैं कि तुम हूँ सर्बिया किदा जा सकते हो, जा भी सकते हो ज नहीं जा सकते हो। सो इस वीडियो वध तो वध शेयर करो, जो कि अपने भैन भरा जिहड़े कि जंटा दे ठग्गा ठोरी तो बच सकन हुण। सो उन्हां वीरां भैणां भरावां तक जरूर पहुँचाओ इस वीडियो नूं। चलो जी, तुहाडा बहुता टाइम ना लैंदे होए ते वीडियो नूं करदे आं स्टार्ट। जिद्दां कि यार आप तुहानूं पता ही है कि हुण एक दो दिन हो गए आ कि वाहवा एक खबर फैलण दी सीगी कि सर्बिया ने जिहड़ा कि इंडियन वास्ते वीज़ा बंद कर दित्ता। इह गल बिल्कुल सही है कि जिहड़ा सर्बिया ने वीज़ा इंडियन वास्ते बंद कर दित्ता आ। इह क्यों बंद कीता आ ये भी तुहानूं मैं पूरी डिटेल दे विच दसदा आं वीडियो नूं, पर लगातार जरूर देखियो मेरे भरावां नूं, अग्गे यही बेनती आ। सो तुहानूं पता ही है कि सर्बिया एक इहो जिहा हुण जरिया हो गया सीगा जिहड़ा 2000 कोविड तों बाद 20 तों बाद 21 ते 22 दे विच जिथों कि लोकी अनलीगल जिहड़े कि यूरोप दे विच इंटर होण लग पए सीगे। तुहानूं पता ही है कि सारिआं नूं पता ही है कि इंडिया वास्ते सर्बिया दा जिहड़ा कि वीज़ा फ्री सीगा, उत्थे तुसीं फ्री जा सकदे हो, रहि सकदे हो, है ना। 30 दिन वास्ते तुसीं उत्थे स्टे कर सकते सी जिन्हों को इंडियन पासपोर्ट आ। सो हूँ की किया सर्बिया ने, सर्बिया ने यह कर दिता है कि हूँ उन्होंने इंडियन का जोड़ा वीज़ा फ्री सी कंट्री साढ़े नाल, एक ही यूरोप कंट्री मतलब कि यूरोप कंट्री जी सी साढ़े नाल इंडिया पासपोर्ट से, वह भी हूँ खत्म हो चुकी है। सो ये क्यों होया, क्यों इस तरह होया वै, कि गलों होया वै, क्योंकि जोड़ा तुम्हें पता ही है कि अजक डोंकिया बहुत लगिया आ, ਠੀਕ ਹੈ। ਰੋਜ਼ ਰੋਜ਼ ਦਾ ਮੁੰਡਾ ਘੱਟੋ ਘੱਟ 100-100, 200-200 ਜਿਹੜਾ ਕਿ ਬਾਰਡਰ ਪਾਰ ਕਰਦਾ ਸੀਗਾ, ਸਰਬੀਆ ਤੋਂ ਆਉਂਦਾ ਸੀਗਾ, ਤੁਹਾਨੂੰ ਪਤਾ ਹੀ ਹੈ ਸਾਰੇ ਸਰਬੀਆ ਥਾਣੀ ਜਾਂਦੇ ਸੀਗੇ, ਹੈ ਨਾ। ਸੋ ਉਸ ਤੋਂ ਅੱਗੇ ਯੂਰਪ ਦੇ ਵਿੱਚ ਇੰਟਰ ਹੁੰਦੇ ਸੀਗੇ, ਜਿਹੜੀ ਯੂਰਪ ਦੀ ਸਰਕਾਰ ਨੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਜਰਮਨ ਦੀ ਜਿਹੜੀ ਹੈ ਮਿਨਿਸਟਰ, ਮੈਂ ਤੁਹਾਨੂੰ ਪਿੱਛੇ ਵੀ ਵੀਡੀਓ ਪਾਈ ਸੀਗੀ ਇੱਕ, ਕਿ ਉਹਨੇ ਬਹੁਤ ਸਖਤਾਈ ਕੀਤੀ ਹੋਈ ਆ ਹੁਣ, ਹੈ ਨਾ। ਉਹਨਾਂ ਨੇ ਸਾਰਿਆਂ ਨੇ ਸਰਬੀਆ ਨੂੰ ਇਹ ਕਿਹਾ ਸੀਗਾ ਕਿ ਜੇ ਤੁਸੀਂ ਕੱਲ੍ਹ ਨੂੰ ਸ਼ੈਨਗਨ ਵਿੱਚ ਆਉਣਾ ਆ ਤਾਂ ਤੁਹਾਨੂੰ ਪਹਿਲਾਂ ਆਪਣਾ ਜਿਹੜਾ ਕਿ ਕੰਟਰੋਲ ਕਰਨਾ ਪੈਣਾ ਆ, ਜਿਹੜੇ ਅਨਲੀਗਲ ਬੰਦੇ ਆਉਂਦੇ ਆ ਇਹਨਾਂ ਦੇ ਉੱਤੇ ਕੰਟਰੋਲ ਕਰਨਾ ਪੈਣਾ ਆ, ਕਿਉਂਕਿ ਸਾਰਿਆਂ ਨੂੰ ਪਤਾ ਸੀਗਾ ਕਿ ਜਿਹੜੇ ਕਿ ਬੰਦੇ ਸਰਬੀਆ ਥਾਣੀ ਆਉਂਦੇ ਆ ਜ਼ਿਆਦਾਤਰ ਜਿਹੜੇ ਕਿ ਆਪਣੇ ਇੰਡੀਅਨ ਆਉਂਦੇ ਆ। ਸੋ ਇੱਕ ਹੋ ਗਈ ਆਪਣੀ ਜਰਮਨ ਦੀ ਸਰਕਾਰ ਨੇ ਜ਼ੋਰ ਪਾਇਆ ਹੋਇਆ, ਦੂਸਰੇ ਨੰਬਰ 'ਤੇ ਆਸਟਰੀਆ ਦੇ ਨੇ, ਕਿਉਂਕਿ ਆਸਟਰੀਆ ਦੇ ਨੇ ਤਾਂ ਪਾਇਆ ਹੋਇਆ ਕਿ ਉਹਨਾਂ ਨੇ ਕਿਹਾ ਕਿ ਇੱਥੇ 1 ਲੱਖ ਬੰਦੇ ਨੇ ਜਿਹੜੇ ਕਿ ਸਾਇਲਮ ਲਈ ਸੀਗੀ, ਜਿਹੜੇ ਵੀਰ ਆਪਣੇ ਜਾਂਦੇ ਸੀਗੇ ਸਰਬੀਆ ਥਾਣੀ, ਕਿਉਂਕਿ ਉਹਨਾਂ ਨੂੰ ਆਸਟਰੀਆ ਜਾਣਾ ਹੀ ਪੈਂਦਾ ਸੀਗਾ, ਆਸਟਰੀਆ ਜਾਂਦੇ ਸੀਗੇ ਉੱਥੇ ਡਰ ਤੋਂ ਸਾਇਲਮ ਲੈ ਲੈਂਦੇ ਸੀਗੇ, ਕਹਿੰਦੇ ਕਿ ਸਾਇਲਮ ਲੈ ਕੇ ਤਾਂ ਫਿਰ ਉੱਥੇ ਰਹਿਣ ਦਿੰਦੇ ਸੀਗੇ ਉਹ, ਹੈ ਨਾ। ਸੋ ਉਹ ਕਹਿੰਦੇ ਕਿ 1 ਲੱਖ ਬੰਦੇ ਨੇ ਸਾਇਲਮ ਲਈ ਹੈ, ਉਹਦੇ ਵਿੱਚੋਂ ਸਿਰਫ 10,000 ਬੰਦਾ ਜਿਹੜਾ ਕਿ ਆਸਟਰੀਆ ਦੇ ਵਿੱਚ ਰਹਿ ਗਿਆ, ਬਾਕੀ ਸਾਰਾ ਹੀ ਜਿਹੜਾ ਕਿ ਯੂਰਪ ਦੇ ਵਿੱਚ ਚਲਾ ਗਿਆ, ਜਾਂ ਕਿਤੇ ਪੁਰਤਗਾਲ ਚਲਾ ਗਿਆ, ਕੋਈ ਜਰਮਨ ਚਲਾ ਗਿਆ, ਕੋਈ ਫਰਾਂਸ ਚਲਾ ਗਿਆ, ਕੋਈ ਪਤਾ ਨਹੀਂ ਕਿੱਥੇ ਚਲਾ ਗਿਆ। ਸੋ ਉਹਨਾਂ ਨੇ ਇਹੀ ਕਾਰਨ ਕਰਕੇ ਕਿ ਅਨਲੀਗਲ ਜਿਹੜਾ ਬੰਦਾ ਆਉਂਦਾ ਉਹਦੇ ਕਰਕੇ ਉਹਨਾਂ ਨੇ ਪੂਰੇ ਯੂਰਪ ਦੇ ਉੱਤੇ, ਪੂਰੀ ਯੂਰਪ ਦੀ ਸਰਕਾਰ ਨੇ ਜਿਹੜਾ ਕਿ ਸਰਬੀਆ ਦੇ ਉੱਤੇ ਦਬਾਅ ਪਾਇਆ ਕਿ ਅਸੀਂ ਜੇ ਕਿ ਤੁਸੀਂ ਕੱਲ੍ਹ ਸ਼ੈਨਗਨ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਇਸ ਚੀਜ਼ ਦੇ ਉੱਤੇ ਰੋਕ ਲਾਉਣੀ ਪੈਣੀ ਆ। ਸੋ ਸਰਬੀਆ ਤੇ ਹੁਣ ਜਿਹੜਾ ਕਿ ਇੰਡੀਅਨ ਵੀਰ ਜਿਹੜੇ ਆਪਣੇ ਭਰਾ ਭੈਣ ਭਰਾ ਜਾਂਦੇ ਸੀਗੇ ਉਹ ਹੁਣ ਨਹੀਂ ਜਾ ਸਕਦੇ, ਉਹ ਪ੍ਰੋਪਰ ਜਿੱਦਾਂ ਵੀਜ਼ਾ ਲੈ ਕੇ ਤੁਸੀਂ ਸ਼ੈਨਗਨ ਜਾਂਦੇ ਹੋ ਉੱਦਾਂ ਹੀ ਉੱਥੇ ਵੀਜ਼ਾ ਲੈ ਕੇ ਜਾਣਾ ਪੈਣਾ ਆ, ਹੋਟਲ ਬੁਕਿੰਗ ਕਰਵਾਉਣੀ ਪੈਣੀ ਆ, ਤੁਹਾਨੂੰ ਬੈਂਕ ਸਟੇਟਮੈਂਟ ਦਿਖਾਉਣੀ ਪੈਣੀ ਆ, ਏ ਤੋਂ ਜ਼ੈਡ ਸਾਰਾ ਕੰਮ ਜਿਹੜਾ ਕਿ ਉੱਥੇ ਹੋਣਾ ਆ। ਇਹ ਹੁਣ ਹੋਣਾ ਹੀ ਸੀਗਾ, ਤੁਹਾਨੂੰ ਪਤਾ ਹੀ ਆ ਇੱਕ ਨਾ ਇੱਕ ਦਿਨ ਇੱਦਾਂ, ਕਿਉਂਕਿ ਹੁਣ ਆਪਣੇ ਵੀਰ ਭਰਾ ਜਿਹੜੇ ਕਿ ਚਲੋ ਜਿਹਨਾਂ ਦਾ ਨਹੀਂ ਸੀ ਬਣਦਾ ਪਿਆ ਸੀਗਾ ਉਹ ਇਸ ਰਾਹ ਦੇ ਨਾਲ ਤੁਰ ਪਏ ਸੀਗੇ, ਤੁਹਾਨੂੰ ਪਤਾ ਹੀ ਆ ਕਿ ਰਾਹ ਜਿਹੜੇ ਡੌਂਕੀਆਂ ਵਾਲੇ ਹੁੰਦੇ ਆ ਇੱਦਾਂ ਦੇ ਹੀ ਹੁੰਦੇ, ਆਪਣੇ ਭਰਾ ਕਈ ਪਹੁੰਚੇ ਵੀ ਕਈ ਨਹੀਂ ਪਹੁੰਚੇ, ਹੈ ਨਾ। ਸੋ ਕਈ ਵੀਰ ਆਪਣੇ ਰਾਹ 'ਚ ਹੀ ਰਹਿ ਗਏ ਆ। ਹੁਣ ਵੀ 2-3 ਗੱਲਾਂ ਹੋਈਆਂ ਸੀਗੀਆਂ, ਹੁਣ ਵੀਡੀਓ ਆਈਆਂ ਸੀਗੀਆਂ ਕਿ ਆਪਣੇ ਭਰਾਵਾਂ ਨੂੰ ਬਹੁਤ ਕੁੱਟ ਵੀ ਪਈ ਸੀਗੀ, ਹੈ ਨਾ, ਡੌਂਕਰਾਂ ਨੇ ਮਤਲਬ ਪੈਸੇ ਵੀ ਲੈ ਲਏ ਉਹਨਾਂ ਕੋਲੋਂ ਅਤੇ ਉਹਨਾਂ ਨੂੰ ਕੁੱਟੇ ਵੀ ਬਹੁਤ। ਉਹ ਵੀਡੀਓ ਜੇ ਹੋਈ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਲਾਊਂਗਾ, ਜ਼ਰੂਰ ਤੁਹਾਨੂੰ ਦਿਖਾਊਂਗਾ। ਉਹਨਾਂ ਵਿਚਾਰਿਆਂ ਦੇ ਮੂੰਹ 'ਤੇ ਵਿਚਾਰਿਆਂ ਦੇ ਬਹੁਤ ਸੱਟਾਂ ਲਾਈਆਂ ਸੀਗੀਆਂ। ਸੋ ਆਪਾਂ ਹੁਣ ਕੀ ਕਰਨਾ ਆ ਵੀਰ ਮੇਰੇ, ਉਹ ਜ਼ਿਆਦਾਤਰ ਹੁਣ ਸ਼ੈਨਗਨ ਵੀਜ਼ੇ ਵੱਲ ਦੇਖੋ ਜੇ ਤੁਹਾਨੂੰ ਮਿਲਦਾ ਆ ਵਧੀਆ ਆ, ਹੈ ਨਾ। ਕਿਉਂਕਿ ਸ਼ੈਨਗਨ ਵੀਜ਼ਾ ਇੱਕ ਹੁੰਦਾ ਆ ਕਿ ਤੁਸੀਂ ਪ੍ਰੋਪਰ ਕਿਸੇ ਕੰਟਰੀ ਦੇ ਵਿੱਚ ਲੀਗਲ ਜਾਣਦੇ ਹੋ, ਸਹੀ ਆ ਜੀ। ਦੂਸਰੇ ਨੰਬਰ 'ਤੇ ਮੇਰੇ ਭਰਾਵਾਂ ਨੇ ਇਹ ਕਰਨਾ ਆ, ਜੈਂਟਾਂ ਨੂੰ ਹੁਣ ਜੈਂਟਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਜਿਹਨੇ ਵੀ ਕੋਈ ਕਹਿੰਦਾ ਆ ਕਿ ਤੁਹਾਨੂੰ ਸਰਬੀਆ ਥਾਣੀ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ, ਯੇ ਕਰ ਦਿਆਂਗੇ, ਉਹ ਸਭ ਕੁਝ ਹੁਣ ਰੁਕ ਚੁੱਕਾ। ਜਿਹੜੇ ਭਰਾ ਆਪਣੇ ਰਾਹ 'ਚ ਫਸੇ ਸੀਗੇ ਉਹ ਵੀ ਹੁਣ ਸਾਰੇ ਵਾਪਸ ਜਾਂਦੇ ਆ। ਕਿਉਂ ਜਾਂਦੇ ਆ? ਕਿਉਂਕਿ ਸਰਬੀਆ ਜਿਹੜੀ ਕਿ ਇੰਟਰੀ ਨਹੀਂ ਦੇਣ ਦਿਆ। ਪਹਿਲਾਂ ਕੀ ਕਰਦੇ ਹੁੰਦੇ ਸੀਗੇ,
ਪਹਿਲਾਂ ਸਿੱਧਾ ਡੁਬਈ ਤੋਂ ਸਰਬੀਆ ਅਵਾਰਡ ਦਿੰਦੇ ਹੁੰਦੇ ਸੀਗੇ, ਹੁਣ ਕੀ ਉਹ ਕਰਦੇ ਪਏ ਸੀਗੇ ਕਿ ਅਰਮਾਨੀ ਅਰਮੂਨੀ ਇੱਧਰੋਂ ਕੰਟਰੀਆਂ ਘੁਮਾ ਕੇ ਜਿਹੜਾ ਕਿ ਸਰਬੀਆ ਅਵਾਰਡ ਦੇ ਪਏ ਸੀਗੇ। ਸੋ ਉਹ ਵੀ ਹੁਣ ਜਿਹੜਾ ਕਿ ਬੈਨ ਲੱਗ ਚੁੱਕਾ ਆ। ਹੁਣ ਜਿਹੜੇ ਉੱਥੇ ਜਾ ਸਕਦੇ ਆ, ਜਾਂ ਤਾਂ ਤੁਸੀਂ ਸਰਬੀਆ 'ਚ ਜਾਣਾ ਆ ਘੁੰਮਣ ਫਿਰਨ ਵੀ, ਜਾਂ ਤਾਂ ਤੁਹਾਡੇ ਕੋਲ ਕਿਸੇ ਕੰਟਰੀ ਦਾ ਵੀਜ਼ਾ ਹੈਗਾ ਆ ਅਵੇਲੇਬਲ, ਚਾਹੇ ਮੰਨ ਲਓ ਤੁਹਾਡੇ ਕੋਲ ਜਰਮ ਉੱਥੇ ਦਾ ਯੂਕੇ ਦਾ ਆ, ਚਾਹੇ ਅਮੈਰੀਕਾ ਦਾ ਆ, ਚਾਹੇ ਉੱਥੇ ਦਾ ਸ਼ੈਂਗਨ ਵੀਜ਼ਾ ਆ, ਚਾਹੇ ਕੋਈ ਕਿਸੇ ਵੀ ਕੰਟਰੀ ਦਾ ਤੁਹਾਡੇ ਕੋਲ ਵੈਲਿਡ ਵੀਜ਼ਾ ਹੈਗਾ, ਫਿਰ ਤੁਸੀਂ ਜ਼ਿਆਦਾਤਰ ਈਜ਼ੀਲੀ ਉੱਥੇ ਜਾ ਸਕਦੇ ਹੋ। ਸੋ ਵੀਰਾਂ ਅੱਗੇ ਇਹੀ ਬੇਨਤੀ ਆ ਮੇਰੇ ਭਰਾਵਾਂ ਅੱਗੇ, ਜਿਹੜੇ ਵੀਰ ਹੁਣ ਡੋਂਕੀ ਲਾ ਕੇ ਸੋਚ ਰਹੇ ਸੀਗੇ, ਉਹ ਥੋੜ੍ਹਾ ਆਪਣਾ ਸਮਝ ਸਾਰ ਕੇ ਏਜੰਟਾਂ ਨਾਲ ਪੱਕੀ ਗੱਲ ਕਰਕੇ ਫਿਰ ਹੀ ਆਪਣਾ ਪੈਰ ਪਾਇਓ, ਠੀਕ ਹੈ ਜੀ। ਹੁਣ ਬਹੁਤ ਠੱਗੀਆਂ ਠੋਰੀਆਂ ਹੋਣੀਆਂ, ਕਿਸੇ ਨੇ ਕਹਿਣਾ ਫਲਾਣੇ ਨੇ ਕਹਿਣਾ ਮੈਂ ਲਵਾ ਦਿੰਦਾ, ਫਲਾਣੇ ਕਹਿਣਾ ਮੈਂ ਕਰ ਦਿੰਦਾ, ਇੱਦਾਂ ਕਰ ਦਿੰਦਾ। ਪ੍ਰੋਪਰ ਆਪਣੇ ਪਾਸਪੋਰਟ ਅਤੇ ਵੀਜ਼ਾ ਦੇਖ ਕੇ ਆਪਣਾ ਚੈੱਕ ਕਰਕੇ ਫਿਰ ਹੀ ਜਿਹੜਾ ਕਿ ਆਪਣਾ ਸਟੈਪ ਚੱਕਿਓ। ਬਾਕੀ ਇਹੀ ਸੀਗੀ ਅੱਜ ਦੀ ਵੀਡੀਓ ਕਿ ਸਰਬੀਆ ਨੇ ਵੀਜ਼ਾ ਜਿਹੜਾ ਕਿ ਬੰਦ ਕਰ ਦਿੱਤਾ ਆ। ਸੋ ਵੀਰ ਮੇਰੇ ਭੈਣ ਭਰਾਵੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਲਾਈਕ ਕਰਿਓ ਵੀਡੀਓ ਨੂੰ, ਅਤੇ ਆਪਣੇ ਭੈਣ ਭਰਾ ਜਿਹੜੇ ਨਵੇਂ ਕੋਈ ਸੋਚਣ ਦੇ ਸੀਗੇ ਉਹਨਾਂ ਤੱਕ ਜ਼ਰੂਰ ਪਹੁੰਚਾਇਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਰੱਬ ਰਾਖਾ ਜੀ। ਨਾਲੇ ਆਪਣੇ ਫੇਸਬੁੱਕ ਪੇਜ 'ਤੇ ਜਾ ਕੇ ਸਾਨੂੰ ਜ਼ਰੂਰ ਫੋਲੋ ਕਰ ਲਿਓ, ਗਗਨ ਲਬਾਣਾ ਆ, ਮੈਂ ਇੱਥੇ ਤੁਹਾਨੂੰ ਦੇ ਦੂੰਗਾ, ਡਿਸਕ੍ਰਿਪਸ਼ਨ 'ਚ ਵੀ ਦੇ ਦੂੰਗਾ, ਉੱਥੇ ਜਾ ਕੇ ਵੀ ਜ਼ਰੂਰ ਸਾਨੂੰ ਫੋਲੋ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਰੱਬ ਰਾਖਾ ਜੀ।